ਕਹਾਨਾ ਵੀਰੋ ਸਾਰੇ ਬਾਰਡਰਾਂ ਤੇ ਬੈਠੇ ਹੋਏ ਭਾਰਤਮਾ ਦੇ ਵੀਰ ਬਜ਼ੁਰਗੋ ਨੌਜਵਾਨ ਮਾਤਾ ਪੈਣਾ ਬੇਟੀਆਂ ਪਿੰਡ ਪਾਕਿਸਤਾਨ ਦੇ ਬਾਰਡਰ ਤੋਂ ਪਿੰਦ ਗੱਟੀ ਰਾਜੋ ਕੇ ਚੀਤਾ ਦੀ ਧਰਤੀ ਰਾਜਗੁਰੂ ਸਿਖਦੇਵ ਖਰਦਾਰ ਭਗਤ ਸਿੰਘ ਚੀਤਾ ਦੀ ਧਰਤੀ ਤੁਹਾਡੇ ਸਾਰੇ ਕਿਸਾਨ ਵੀਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੀ ਹੈ ਮੈਨੂੰ 22 ਦਿਨ ਹੋ ਗਏ ਨੇ 22 ਤਰੀਕ ਨੂੰ ਆਇਆ ਇੱਥੇ ਆਪਣੀ ਹੱਕ ਲੈਣ ਵਾਸਤੇ ਤੇ ਮੈਨੂੰ ਰੱਬ ਤੁਹਾਡੇ ਸਾਰੇ ਸੰਗਤ ਦੇ ਵਿੱਚੋਂ ਨਜ਼ਰ ਆਉਂਦਾ ਹੈ ਮਾਲਕ ਦੀ ਬਹੁਤ ਦਇਆ ਖਤਗੁਰ ਨੇ ਖਾੜ ਤੇ ਕਿਰਪਾ ਕੀਤੀ ਵਈਏ ਤੁਹਾਡੇ ਚਰਨਾਂ ਦੇ ਵਿੱਚ ਮੈਂ ਮੱਥਾ ਟੇਕਣਾ ਵੀਰੋ ਜਮੇਦੀ ਅਰਬ ਲਾਰੇ ਨੇ ਬੋਲਣਾ ਹੈ ਕਾਟੇ ਗਏ ਕੁਝ ਗੱਲਾਂ ਤਾਂ ਕਰਨੇ ਪਰ ਉਹਨਾਂ ਟਾਈਮ ਨਹੀਂ ਹੈਗਾ ਛੋਟੀ ਗੱਲਾਂ ਤੁਹਾਨੂੰ ਕਰਦੇ ਨੇ ਫਕਰੀਮਕੋਟ ਵਾਲੇ ਵੀਰੋ ਤੁਸੀਂ ਉਹ ਤਾਨ ਦੇ ਵਿੱਚ ਸਾਡਾ ਇੱਕ ਕਾਨੂੰਨ ਹੈਗਾ ਜੋ ਤੁਸੀਂ ਚਲਾਉਂਦੇ ਨੇ ਭਾਰਤ ਵਾਸਤੇ ਜਿਹੜਾ ਕਾਨੂੰਨ ਖਾਡਾ ਬਣਾ ਹੋਇਆ ਗਰੀਬ ਵਾਸਤੇ ਤੇ ਅਮੀਰ ਵਾਸਤੇ ਮੋਦੀ ਵਾਸਤੇ ਵੀ ਬਰਾਬਰ ਹੈਗਾ ਪਰ ਤੁਸੀਂ ਗਰੀਬਾਂ ਤੇ ਕਾਨੂੰਨ ਚਲਾਉਂਦੇ ਨੇ ਅਮੀਰਾਂ ਤੇ ਨਹੀਂ ਚਲਾਉਂਦੇ ਨੇ ਯਾਰਾ ਖੋਚੋ ਤੁਸੀਂ ਤੇ ਤੁਸੀਂ ਖੜੀ ਬੇਨਤੀ ਪ੍ਰਮਾਣ ਕਰੋ ਹਨੇਰੇ ਵਿੱਚੋਂ ਉੱਠ ਕੇ ਚਾਨਣ ਵਿੱਚ ਆਓ ਤੁਹਾਨੂੰ ਪਤਾ ਲੱਗੇ ਵੀ ਗਰੀਬਾਂ ਤੇ ਅਮੀਰਾਂ ਦੇ ਵਿੱਚ ਕੀ ਫਰਕ ਹੈ ਤੇ ਅਖਾਂ ਕਿੰਦੇ ਵਾਸਤੇ ਕਾਨੂੰਨ ਚਲਾਉਨੇ ਆ ਸਾਡੇ ਗਰੀਬ ਤੇ ਕੋਈ ਇੱਕ ਗਾਇਆ ਜਿਹੀ ਹੋ ਜਾਵੇ ਵਰੈਂਟ ਜਾਂਦੇ ਨੇ ਦੂਜੀ ਵਾਰ ਉਹਨੂੰ ਜੇਲ੍ਹ ਵਿੱਚ ਪਾ ਦਿੰਦੇ ਨੇ ਜਿਹੜੇ ਮੋਦੀ ਸਰਕਾਰ ਵੱਡੇ ਕਰਾਣੇ ਨੇ ਆਂandet ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਸਾਡੇ ਵੀਰ ਗਾਇਕੀ 26 ਤਰੀਕ ਨੂੰ ਕਖਾਨ ਉਹਨਾਂ ਤੇ ਬੇਅਰਥ ਕਾਨੂੰਨ ਕਰਕੇ ਜੇਲਾਂ ਵਿੱਚ ਪਾ ਦਿੱਤਾ ਕਈ ਵੀਰ ਲਾਤਾ ਹੋਗਾ ਸਾਡੀ ਇੱਕ ਬੇਟੀ ਨਮਦੋਤ ਕੌਰ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਵੇਖੋ ਖਾੜੀਆਂ ਬੇਟੀਆਂ ਵੀ ਤੁਖੀ ਬੰਦ ਕੀਤੀ ਜਾਂਦੇ ਨੇ ਤੁਹਾਡੀ ਸ਼ਰਮ ਵਾਲੀ ਗੱਲ ਹੈ ਤੁਹਾਡੇ ਕਾ ਹੱਥ ਜੋੜ ਕੇ ਬੇਨਤੀ ਕਰਨ ਇਹ ਕਾਨੂੰਨਾਂ ਨੂੰ ਤੁਖੀ ਰੱਦ ਕਰੋ ਜਿਹੜੇ ਬੱਚੇ ਖਾੜੇ ਜੇਲਾਂ ਦੇ ਵਿੱਚ ਪਾਏ ਨੇ ਨਾ ਨੂੰ ਘਰਾਂ ਭੇਜੋ ਜੇ ਉਥੇ ਘਰ ਨਹੀਂ ਭੇਜ ਖਤੇ ਨੇ ਤਖਟੇਦਾਂ ਦੇ ਕੋਲ ਭੇਜ ਦੋ ਖਾਪੇ ਕਰ ਲੈ ਜਾਵਾਂਗੇ ਤੁਸੀਂ ਇਹ ਬਤਾਨਦੇ ਆ ਫੱਕੇ ਨਾ ਵੱਡਾ ਉਹ ਵੀਰੋ ਇਹ ਕਾਨੂੰਨ ਤੁਸੀਂ ਕੜੇ ਨੇ ਇਹਨਾਂ ਨੂੰ ਤੁਸੀਂ ਰੱਦ ਕਰੋ ਤੁਹਾਡੇ ਅੱਗੇ ਹੱਥ ਜੋੜ ਤੇ ਬੇਨਤੀ ਕਰਨੇ ਆ ਤੁਸੀਂ ਵੱਡੇ ਕਰਾਨਾਂ ਦੇ ਇੱਕ ਤੁਹਾਨੂੰ ਫਕੀਮ ਕੋਰਟ ਜੱਜ ਸਾਹਿਬਾਨ ਤੁਹਾਨੂੰ ਇਹ ਤੁਹਾਡੇ ਕੋਲ ਪੁੱਛਣੇ ਹੈਗੇ ਆ ਕਿ ਤੁਸੀਂ ਵੱਡੇ ਕਰਾਨਾਂ ਦੇ ਹੱਥ ਦੇ ਪੈਰਾਂ ਦੇ ਵਿੱਚ ਨੇ ਜੇ ਵਤਾਨ ਦੇ ਵਿੱਚ ਨੇ ਜੇ ਵਤਾਨ ਦੇ ਵਿੱਚ ਨੇ ਇਹਨਾਂ ਨੂੰ ਤੁਸੀਂ ਨਾ ਜੇਲਾਂ ਵਿੱਚੋਂ ਬਾਹਰ ਕੱਢ ਤੇ ਖਾਨਾ ਨੂੰ ਘਰਾਂ ਨੂੰ ਤੋਰੋ ਵੀਰੋ ਜੇ ਮੋਦੀ ਸਰਕਾਰ ਦੇ ਵਾਸਤੇ ਬਹੁਤ ਕਾਲੇ ਕਾਨੂੰਨ ਲਾਇਏ ਨੇ ਆਪਾਂ ਕਾਨੂੰਨ ਰੱਦ ਕਰਾਉਣ ਵਾਸਤੇ ਆਇਆ ਤੇ ਸਰਕਾਰੀ ਪੱਕੀ ਯਕੀਨਨ ਸਰਕਾਰੀ ਖਰੀਦ ਸਾਰੇ ਭਾਰਤ ਦੇ ਵਿੱਚ ਕਰਾਉਣ ਵਾਸਤੇ ਜਿੱਥੇ ਮੰਡੀ ਬੋਰਡ ਨਹੀਂ ਹੈਗਾ ਖੇਟਾਂ ਦੇ ਵਿੱਚ ਉੱਥੇ ਮੰਡੀ ਬੋਰਡ ਲਾਗੂ ਕਰਾਉਣਾ ਚਾਲੂ ਕਰਾ ਕੇ ਜਾਣਾ ਹੈ ਚੀਤਾ ਦੀ ਧਰਤੀ ਤੋਂ ਮੈਂ ਮੋਦੀ ਸਾਹਿਬ ਨੂੰ ਗਹਿਣਾ ਦੇਣਾ ਇੱਕ ਗੋਧੀ ਮੀਡੀਆ ਤੂੰ ਹੀ ਮੋਦੀ ਨੂੰ ਇਹ ਦੱਸ ਦੇਣਾ ਖਨਾ ਦੇਣਾ ਆਨੰਦ ਵਸਤੀ ਵਾਰੰਗ ਕਰਨਾ ਹਾਂ ਮੈਂ ਜੇ ਮਾਂ ਦਾ ਅੰਮ੍ਰਿਤ ਦੁੱਧ ਪੀਤਾ ਈ ਇਹ ਸੰਗ ਦੇ ਵਿੱਚ ਆ ਜਾ ਤੇ ਕਾਲੇ ਕਾਨੂੰਨ ਰੱਦ ਕਰ ਦੇ ਜੇ ਤੂੰ ਅਬਾਨੀ ਦੀ ਕੁੱਤੀ ਦਾ ਦੁੱਧ ਹੁਣ ਪੀਣਾ ਚਾਲੂ ਕਰ ਦਿੱਤਾ ਹਾਂਜੀ ਫਿਰ 2 ਮਿੰਟ ਦੇਖ ਲਓ ਭੈਣ ਜੀ ਅਬਾਨੀ ਦੇ ਕੁੱਤੀ ਦਾ ਦੁੱਧ ਪੀਤਾ ਫਿਰ ਤੂੰ ਨਹੀਂ ਆਉਣਾ ਜੇ ਮਾਂ ਦਾ ਅੰਮ੍ਰਿਤ ਦੇ ਵਿੱਚ ਦੁੱਧ ਵਿੱਚ ਬਹੁਤ ਤਾਕਤ ਦਾ ਅੰਮ੍ਰਿਤ ਹੁੰਦੀ ਏ ਉਹਦਾ ਕੋਈ ਲੈਣਾ ਦੇਣਾ ਹੈਗਾ ਉਹ ਵੀ ਤੇਰਾ ਹੁਣ ਅਬਾਨੀ ਦਾ ਚੁਕਾ ਦੇਵਾਂ ਤੇ ਜੇ ਅੰਮ੍ਰਿਤ ਬਣ ਤੇ ਤੂੰ ਆਵੇਂ ਦਾ ਨਾ ਨੂੰ ਕਹਿ ਸਕਨਾ ਸਾਡੇ ਪਰਿਵਾਰ ਨਾਲ ਤੂੰ ਖਾਫਕਤਾਬ ਕਰ ਲਓ ਤੇ ਤੁਹਾਡਾ ਵਖੂ ਮੋੜਾਂ ਦੇ ਇਹ ਮਾਂ ਦੇ ਅੰਮ੍ਰਿਤ ਦੇ ਵਿੱਚ ਦੁੱਧ ਜੇ ਬਾਨੀ ਦੀ ਕੁੱਤੀ ਦਾ ਦੁੱਧ ਪੀਣ ਚਾਲੂ ਕਰ ਦਿੱਤਾ ਨਾ ਫਿਰ ਤੂੰ ਨਹੀਂ ਆਉਣਾ ਕਦੋਂ ਆਣਾ ਤੇਰੀ ਮਿਆਦ ਖਤਮ ਹੋ ਚੁੱਕੀ ਏ ਤੇਰੇ ਢਾਈ ਖਾਲ ਰਹਿ ਗਏ ਨੇ ਜਿਆਦਾ ਟਾਈਮ ਨਹੀਂ ਰਹਿ ਗਿਆ ਖਾੜਾ ਖੇਮਾ ਲੰਮਾ ਹੈਗਾ ਏ ਮੈਂ ਖੇਤਾਂ ਵਿੱਚ ਹਲ ਚਲਾਵੇ ਨੇ ਬਲਦਾਂ ਦੇ ਨਾਲ ਜਿਹੜਾ ਅੜਕ ਵੜਕਾ ਹੁੰਦਾ ਏ ਉਹਦੇ ਨੱਕ ਦੇ ਵਿੱਚ ਨੱਥ ਪਾ ਵੀਦਾ ਨਕੇਲ ਪਾ ਵੀਦਾ ਉਹਨੂੰ ਕਾਬੂ ਕਰੀਦਾ ਤੂੰ ਅੜਕ ਵੜਕਾ ਹੋ ਗਿਆ ਹੈਂ ਤੇ ਮੈਂ ਤੇਨਾ ਇਹ ਵਾਦਾ ਕਰਨਾ ਮੋਦੀ ਸਰਕਾਰ ਤੇਰੀ ਥੋੜੀ ਉਮਰ ਹੈ ਤੇਰੀ ਲੰਮੀ ਕਰੇ ਮਾਲਕ ਤੈਨੂੰ ਦੋ ਸਾਲ ਹੋਰ ਵ ਤੇਰੀ ਉਮਰ ਵਧਾਵੇ ਛਾਹ ਮਦ ਨੂੰ ਤਿੰਨਾ ਤੁਹ ਜਿਹੜੇ ਤੋਂਬਰ ਨੂੰ ਵੀ ਇਹ ਜਿਹੜੇ ਸ਼ਮਤ ਪੂਰਾ ਹੋ ਗਿਆ ਨਾ ਤੁਹਾਡਾ ਖਾਡਾ ਨਮਾ ਗਾ ਧਾਨੇ ਖਾਲ ਤੂੰ ਬਾਦ ਤੁਹਾਡੀ ਮਨੀਅਤ ਖਤਮ ਹੋ ਜਾਣੀ ਏ ਇਹ ਖਟੇ ਦੇ ਵਿੱਚ ਤਾਨੂੰ ਨੱਥ ਪਾ ਕੇ ਨਕੇਲ ਕਰਕੇ ਤਾਂ ਨੂੰ ਇੱਥੇ ਖੜਾ ਕਰਾਂ ਦੇ ਤੇ ਪੁੱਛਾਂਗੇ ਹੁਣ ਦੇਖੋ ਤਾਂ ਤੁਸੀਂ ਕਿੱਥੇ ਪ੍ਰਧਾਨ ਮੰਤਰੀ ਨੇ ਵੀਰੋ ਸ਼ਮਾ ਹੋ ਗਿਆ ਕੋਈ ਪੁੱਲ ਚੋਖ ਹੋਵੇ ਮaaf ਕਰਨਾ ਤਿੰਨ ਨਾਰੇ ਲਾਣੇ ਨੇ ਭਾਰਤ ਮਾਤਾ ਦਾ ਇਨਕਲਾਬ ਤੇ ਕਾਹਨੇ ਤਾਂ ਭਾਰਤ ਮਾਤਾ ਕੀ ਕਿ ਕਿ ਕਾਹਨੇ ਮੂਰਖ ਤਾਂ ਜੈਹਾਬ ਇਨਕਲਾਬ ਜੈਹਾਬ ਵੇ ਗੁਰੂ ਜੀ ਕੀ ਖਾਲਸਾ ਵੇ ਗੁਰੂ ਜੀ ਕੀ ਫਤਿਹ ਕੋਈ ਵਾਦਾ ਕਾਟਾ ਪੈਣ ਜੀ ਬੋਲਾ ਗਿਆ ਵੀਰੋ ਮaaf ਕਰਨਾ

ਕੀ ਸਿਫਤ ਕਰਾਂ ਪਾਤਸ਼ਾਹ ਤੇਰੀ ਮੈਂ ਕਮਲੀ ਕੋਝੀਆਂ ਕੀ ਸਿਫਤ ਲਿਖਾਂ ਦਾਤਾ ਦਿਓ ਦਿਓ ਸੀਸ ਦਾਤਾ ਮੈਂ ਦਰ ਖੜੀ ਆਂ ਮੈਂ ਦਰ ਖੜੀ ਆਂ ਮੇਰੇ ਸਾਹਮਣੇ ਬੈਠੀਆਂ ਮਾਈ ਭਾਗੋ ਦੀਆਂ ਵਾਰਸਾਂ ਤੇ ਮੇਰੇ ਪਿਆਰੇ ਵੀਰ ਜਿਉਂ 26 ਤਰੀਕ ਤੋਂ ਮੋਰਚਾ ਲੱਗਾ ਰੂਹ ਇੱਥੇ ਸੀ ਔਰ ਸਰੀਰ ਘਰਾਂ ਵਿੱਚ ਸੀ ਸੇ ਤੋਂ ਹੁਣ ਸਾਥ ਨਹੀਂ ਦੇ ਰਹੀ ਬਹੁਤ ਬੁਰੀ ਹਾਲਤ ਆ ਤਿੰਨ ਚਾਰ ਇੰਜੈਕਸ਼ਨ ਸਵੇਰ ਦੇ ਲੱਗੇ ਆ ਪਰ ਜਜਬਾ ਸੀ ਇੱਕ ਕਿ ਅਸੀਂ ਆਪਣੇ ਜਿਹੜੇ ਹੱਕ ਆ ਉਹ ਲੈ ਕੇ ਜਾਣੇ ਆ ਕਿਸਾਨ ਮਜ਼ਦੂਰ ਇਕਤਾ ਜਿੰਦ